ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਆਪਣਾ ਅਜ਼ੀਮ ਮਿੱਕੀ, ਤੁਸੀਂ ਵੇਖ ਰਹੇ ਹੋ ਅਜ਼ੀਮ ਮਿੱਕੀ ਅਫੀਸ਼ਲ। ਅਤੇ ਅੱਜ ਅਸੀਂ ਆ ਗਏ ਹਾਂ ਥੀਏਟਰ ਤਰ੍ਹਾਂ ਜਲਦੀ, ਕਿਉਂਕਿ ਇੱਕ ਦੋ ਕੰਮ ਸਨ ਜ਼ਰੂਰੀ ਮਿਰਜ਼ਾ ਸਾਹਿਬ ਜੀ, ਉਹਦੀ ਵਜ੍ਹਾ ਤੋਂ ਆ ਗਏ ਜਲਦੀ। ਅਤੇ ਮੈਨੂੰ ਅੱਗੇ ਟੱਕਰ ਗਏ ਨੇ ਯੂ ਮਿਰਜ਼ਾ ਸਾਹਿਬ, ਹਸਬੇ ਰਵਾਇਤ, ਹਸਬੇ ਹਦਾਇਤ ਔਰ ਆਪਣਾ ਬੇਹਦਾਇਤ ਹੈ ਜੀ। ਅਤੇ ਇਹਨਾਂ ਨੇ ਮੈਨੂੰ ਜਿਹੜਾ ਵਕੂਵਾ ਸੁਣਾਇਆ ਨਾ ਜੀ, ਮੇਰੀ ਤਾਂ ਸਮਝ ਨਹੀਂ ਆਇਆ। ਖੈਰ ਮੈਂ ਕਿਹਾ ਤੁਹਾਡੀ ਸ਼ਾਇਦ ਸਮਝ ਵਿੱਚ ਆ ਜਾਏ। ਅਤੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਜੀ, ਡੇਲੀ ਜਿਹੜੀ ਸਾਡੀ ਕੋਈ ਆਪਸ ਦੇ ਵਿੱਚ ਜਿਹੜੀ ਕਨਵਰਸੇਸ਼ਨ ਹੁੰਦੀ ਹੈ ਨਾ, ਕੋਈ ਗੁਫਤਗੂ ਥੀਏਟਰ ਆ ਕੇ ਜਾਂ ਥੀਏਟਰ ਜਾਣ ਲੱਗੇ ਜਾਂ ਕੋਈ ਐਸੀ ਜਿਹੜੀ ਐਕਟੀਵਿਟੀ ਸਾਡੀ ਹੁੰਦੀ ਹੈ, ਉਹ ਅਸੀਂ ਦੋਸਤਾਂ ਨਾਲ ਸ਼ੇਅਰ ਕਰਦੇ ਰਿਹਾ ਕਰੀਏ। ਬਿਲਕੁਲ ਸਾਰੇ ਜ਼ਰੂਰੀ ਯਾਰ, ਬਿਲਕੁਲ ਜ਼ਰੂਰੀ। ਅਤੇ ਤੁਹਾਡੀ ਖੈਰ ਮਜਬੂਰੀ ਹੈ, ਲੇਕਿਨ ਮੇਰੇ ਲਈ ਜ਼ਰੂਰੀ ਹੈ, ਜ਼ਰੂਰੀ ਜ਼ਰੂਰੀ ਹੈ। ਅਤੇ ਕੀ ਵਕੂਵਾ ਕੀ ਬਣਿਆ, ਕਿਉਂ ਉੱਥੋਂ ਦੌੜੇ, ਕਿਉਂ ਸੀ ਵਜ੍ਹਾ? ਵਕੂਵਾ ਭਾਅ ਜੀ, ਮੈਂ ਜੀ ਰੋਟੀ ਖਾ ਦੀ ਉੱਥੇ ਬਹਿ ਕੇ, ਦੋ ਬੰਦੇ ਬਹਿ ਕੇ ਰੋਟੀ ਖਾ ਰਹੇ ਨੇ ਉੱਥੇ, ਬਟ ਕੜਾਹੀ ਆ ਰਹੇ, ਬਟ ਕੜਾਹੀ ਦੇ, ਹਾਂਜੀ। ਰੋਟੀ ਦੇ ਬੋਤਲ ਦੇ, ਦਹੀਂ ਦੇ, ਰਾਇਤਾ ਦੇ, ਰੋਟੀਆਂ ਦੇ, ਸਾਰਾ ਕੁਝ। ਤੁਹਾਡੀ ਰਵਾਨੀ ਬਹੁਤ ਅੱਛੀ, ਮੈਂ ਤੁਹਾਨੂੰ ਲਵਾ ਨਾ ਆਵਾਂ ਉੱਥੇ ਯਾਰ। ਮੈਂ ਗੱਲ ਕੀਤੀ ਵੀ ਗੱਲ ਕਰਨ ਚ ਕੀ ਹਰਜਾ, ਤੁਸੀਂ ਤਾਂ ਫੌਰੀ ਤੌਰ ਤੇ ਮੇਰੇ ਗਾਲੀ ਪੈ ਜਾਂਦੇ ਯਾਰ। ਅੱਛਾ ਨਹੀਂ, ਮਾਮਲਾ ਕੀ ਬਣਿਆ? ਮਾਮਲਾ ਬਣਿਆ, ਮੈਂ ਰੋਟੀ ਖਾਧੀ ਉਹਨਾਂ ਨੇ, ਉਹਨਾਂ ਨੇ ਹਾਂਜੀ ਤੁਹਾਡੇ ਸਾਹਮਣੇ ਉਹ ਰੋਟੀ ਮੇਰੇ ਸਾਹਮਣੇ ਖਾ ਰਹੇ ਸੀ। ਉਧਰੋਂ ਮੈਨੂੰ ਵੀ ਬੜੀ ਭੁੱਖ ਲੱਗੀ ਸੀ, ਮੈਂ ਤਰਸੀਆਂ ਨਗਾਹ ਵਾਲਾ ਦੇਖ ਰਿਹਾ ਘੜੀ ਮੁੜੀ, ਜੋ ਜੋ ਬੁਰਕੀ ਮੂੰਹ ਉਜਾੜ ਦਿਆ, ਮੈਂ ਕਰਕੇ ਐ ਲੈ ਦੇਖ ਰਿਹਾ, ਐ ਦੇਖ ਰਿਹਾ। ਕਹਿੰਦਾ ਕਿਉਂ ਦੇਖ ਰਿਹਾ? ਹਾਂਜੀ, ਮੈਂ ਕਿਹਾ ਵੈਸੇ ਹੀ ਦੇਖ ਰਿਹਾ ਭਾਜੀ, ਤੁਸੀਂ ਖਾਣਾ ਖਾ ਰਹੇ ਤਾਂ। ਅੱਛਾ, ਉਹ ਕਹਿੰਦਾ ਮੇਰੇ ਕੋਲ ਆ ਕੇ ਬੈਠੋ, ਇੱਧਰ ਆ ਜਾਓ। ਤੁਹਾਨੂੰ ਕਿਹਾ ਉਹਨਾਂ ਨੇ? ਹਾਂਜੀ, ਮੈਂ ਕੋਲ ਚਲਾ, ਬਗੈਰ ਕਿਸੇ ਵਾਕਫੀਏ ਤੋਂ, ਬਗੈਰ ਕਿਸੇ ਗੱਲਬਾਤ, ਨਾ ਵਾਕਫ ਨਾ ਜਾਣੂ ਨਾ ਕੋਈ ਲੈਣਾ ਨਾ ਦੇਣਾ, ਮੇਰਾ ਕੋਈ ਦੂਰ ਤੱਕ ਕੋਈ ਤਾਲੁਕ ਨਹੀਂ ਹੈ। ਉਹਨੇ ਹਿਸਾਬ ਲਾ ਲਿਆ ਵੀ ਬੰਦਾ ਉਹ ਇਹੋ ਜਿਹਾ ਹੀ ਹੈ, ਖਾਣ ਪੀਣ ਵਾਲਾ ਹੀ ਹੈ, ਖਾਣ ਪੀਣ ਵਾਲਾ, ਮਤਲਬ ਖਾਂਦੇ ਪੀਂਦੇ ਘਰ ਦੀ ਕੋਈ ਸ਼ਿਕਲ। ਹੁਣ ਮੈਨੂੰ ਲੱਗ ਗਈ ਭੁੱਖ, ਇੱਕ ਅਜੇ ਖਾਂਦੇ ਪੀਂਦੇ ਘਰ ਚ ਨਹੀਂ, ਇਹ ਖਾਂਦੇ ਪੀਂਦੇ ਬਾਹਰ ਚ, ਤੁਸੀਂ ਖਾਂਦੇ ਪੀਂਦੇ ਬਾਹਰ ਚ ਖਾਂਦੇ ਯਾਰ। ਮੇਰਾ ਮਤਲਬ ਆ ਵਿੱਕੀ ਯਾਰ, ਫਿਰ ਉਹ ਗੱਲ ਤੂੰ ਕਰਦਾ ਪਿਆ, ਮੈਂ ਗੱਲ ਜਿਹੜੀ ਆਪਣੀ ਕਹਾਣੀ ਸੁਣਾ ਰਿਹਾ, ਆਪਣਾ ਸਾਰਾ ਵਾਕਿਆ ਸੁਣਾ ਰਿਹਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਤਲਬ ਹੁਣ ਮੈਂ ਖਾ ਰਿਹਾ। ਨਹੀਂ ਨਹੀਂ, ਇੱਕ ਮਿੰਟ ਠਹਿਰੋ, ਉਹ ਵੱਢ ਕੜਾਈ ਤੁਹਾਡੇ ਵਿਹੜੀ ਤੇ ਨਹੀਂ ਨਾ? ਨਹੀਂ, ਖਾਂਦੇ ਪੀਂਦੇ ਘਰ ਦਾ ਜੇ ਤੁਹਾਡੇ ਕੋਲ ਹੋਵੇ ਨਾ ਵੱਢ ਕੜਾਈ, ਖਾਂਦੇ ਪੀਂਦੇ ਘਰ, ਵੱਢ ਕੜਾਈ ਬਾਹਰ ਹੈ ਲਕਸ਼ਮੀ ਚੌਂਕ। ਲੇਕਿਨ ਉਹ ਜਨਾਬ ਹੋਇਆ ਕੀ, ਉਹ ਖਾ ਰਹੇ ਨੇ, ਪਾਣੀ ਪੀ ਰਹੇ ਨੇ, ਕਾਮਰਾ ਆਇਆ ਕਰਕੇ ਧਿਆਨ ਆ ਪੀ, ਆਇਆ ਕਰਕੇ ਆਇਆ ਸਾਰਾ ਧਿਆਨ, ਬਗਲਾ ਟੈਪ, ਹਾਂ ਬਗਲਾ ਟੈਪ ਹੀ, ਇਹ ਬੋਤਲ ਪੀ ਰਹੇ ਆਇਆ ਕਰਕੇ ਤੇ ਮੇਰਾ ਸਾਰਾ ਧਿਆਨ ਬੋਤਲ ਵੱਲ। ਕਹਿੰਦਾ ਭਾਈ ਮੇਰੀ ਗੱਲ ਸੁਣ ਲੈ, ਤੂੰ ਇੱਥੇ ਆ ਕੇ ਸਾਡੇ ਕੋਲ ਬਹਿ ਗਿਆ। ਮੈਂ ਕੋਲ ਬਹਿ ਗਿਆ। ਅੱਛਾ, ਚਲੋ ਬਹਿ ਜਾਂਦੇ, ਮੈਂ ਕਰਕੇ ਬਹਿ ਗਿਆ। ਕਹਿੰਦਾ ਦੇਖਦਾ ਕੀ ਹੈ? ਮੈਂ ਕਿਹਾ ਤੁਸੀਂ ਖਾ ਕੀ ਰਹੇ ਹੋ? ਕਹਿੰਦਾ ਰੋਟੀ। ਮੈਂ ਕਿਹਾ ਮੈਂ ਦੇਖ ਰਿਹਾ ਰੋਟੀ ਖਾ ਰਹੇ, ਦੇਖਣ ਚ ਤੇ ਤੁਹਾਡੇ ਖਾਣ ਚ ਕੋਈ ਫਰਕ ਤੇ ਨਹੀਂ, ਤੁਸੀਂ ਖਾ ਰਹੇ ਹੋ, ਮੈਂ ਦੇਖ ਰਿਹਾ। ਮੈਨੂੰ ਫਿਲਹਾਲ ਮੈਂ ਦੇਖਣਾ ਹੈ ਔਰ ਤੁਸੀਂ ਖਾਣ ਆਏ ਹੋ। ਤੇ ਤੁਸੀਂ ਕਿੰਨੀ ਕੁ ਖਾਂਦੇ ਹੋ? ਤੇ ਵਿੱਚੋਂ ਜਿਹੜਾ ਸਮਝ ਗਿਆ, ਭੁੱਖੇ ਨੂੰ ਵੀ ਲੱਗੀ ਉਹ ਸਮਝ ਕੇ ਵੀ ਉਹਨੂੰ ਪਤਾ ਨਾ ਲੱਗਾ, ਤੂੰ ਮੈਨੂੰ ਕਹਿ ਨਹੀਂ ਡਿਆ ਕਿ ਤੂੰ ਹੀ ਖਾ ਲਾ। ਇਹ ਗੱਲ ਮਾੜੀ, ਇਹ ਦੇਖੋ ਨਾ, ਇਹ ਗੱਲ ਮਾੜੀ, ਮੈਂ ਖਾਧੀ। ਮੈਂ ਹੁਣ ਐ ਕਰਕੇ ਨਾ ਥੋੜਾ ਜਿਹਾ ਮੈਂ ਨਾਲ ਹੋਰ ਐ ਕਰਕੇ ਕੋਲ ਹੋ ਗਿਆ, ਮੈਂ ਕਿਹਾ ਤੇ ਸ਼ਾਇਦ, ਮੈਂ ਕਿਹਾ ਭਾਜੀ ਹੋਰ ਜਨਾਬ ਜਿਵੇਂ ਮਸ਼ੂਕ ਨਹੀਂ ਹੁੰਦੀ ਨੇੜੇ ਆ ਬੈਲੈਂਸ ਕਰਾਉਣ ਲਈ। ਕਮਾਲ ਦੀ ਗੱਲ ਹੈ। ਅੱਛਾ, ਮੈਂ ਐਂ ਕਰਕੇ ਨਾ ਮੈਂ ਬੁਰਕੀ ਐ ਕਰਕੇ ਚੋਪੀ ਤੁਹਾਨੂੰ ਕਿ ਰੱਖ ਇੱਕ ਮੁੜ ਕੀ ਕਰਨ ਡਿਆ ਤੂੰ? ਉਤੇ ਹੀ ਮੈਂ ਫੌਜੀ ਨੇ ਕੱਢ ਦਿਆ। ਮਟਨ ਸੀ ਜਾਂ ਚਿਕਨ ਸੀ? ਮਟਨ ਸੀ ਸਰ। ਫਿਰ ਤੇ ਨਹੀਂ, ਫਿਰ ਤੇ ਰੋਕਣਾ ਬਣਦਾ ਤੇ ਮਟਨ ਹੁੰਦਾ ਵਾ ਮੇਰੇ ਦਾ, ਫਿਰ ਤੇ ਨਹੀਂ ਰਹਿਤਾ ਹੁੰਦਾ ਬਟ ਕੜਾਈ ਵਾਲਾ। ਨਹੀਂ ਨਹੀਂ, ਫਿਰ ਰੋਕਣਾ ਤੇ ਬਣਦਾ, ਮਟਨ ਸੀ ਨਾ ਅਗਰ ਚਿਕਨ ਹੁੰਦਾ, ਫਿਰ ਸ਼ਾਇਦ ਤੁਹਾਨੂੰ ਕਹਿ ਦੋ। ਚਿਕਨ ਮਟਨ ਸੀ, ਉਹਨੇ ਕਿਹਾ ਮਹਿੰਗੀ ਕੜਾਈ ਸੀ। ਅੱਛਾ, ਲੇਕਿਨ ਬੜਾ ਮਜ਼ੇਦਾਰ ਸੀ, ਖੁਸ਼ਬੂਆਂ ਇਹੋ ਜਿਹੇ ਹੁੱਲੇ, ਬਟ ਕੜਾਈ ਦੀ ਜਿਹੜੀ ਹੈ ਨਾ ਮਤਲਬ ਇਹ ਸਾਰੀ ਮਜ਼ੇਦਾਰ, ਉਹਦੀ ਸਪਾਈਸੀ
ਔਰ ਬੜਾ ਹੀ ਮਤਲਬ ਜਿਹੜਾ ਨਾ ਮਜ਼ੇਦਾਰ ਕੜਾਈ ਆਏ, ਔਰ ਉਹ ਇੱਕ ਭੁੱਖ ਲੱਗੀ ਸੀ, ਇੱਕ ਕੜਾਈ ਐਡੀ ਚੌੜੀ ਕੜਾਈ ਮੰਜੀ ਰਹਿ ਜਾਂਦੀ ਉਹਦੇ ਚ, ਇਹ ਐਡੀ ਚੌੜੀ ਕੜਾਈ ਕਿਸ ਰਾਜ ਮਜ਼ਦੂਰ ਦੀ ਸੀ ਤੇ ਦੋ ਬੰਦੇ ਨਹੀਂ, ਐਡੀ ਚੌੜੀ ਕੜਾਈ ਮਤਲਬ ਕਿ ਕਿਹੜੀ ਉਹ ਸਰ, ਐਡੀ ਚੌੜੀ ਕੜਾਈ ਪੂਰੀ ਇੰਜ ਕਰਕੇ ਐ ਕਰਕੇ ਜਿਵੇਂ ਸੋਨ ਵਾਲਾ ਬਣ ਜਾਂਦਾ, ਮਸਾਲਾ ਹਾਂਡੀ ਵਾਲਾ ਸੀ ਜਾਂ ਸੀਮਿੰਟ ਵਾਲਾ ਸੀ ਜਿਹੜੀ ਤੁਸੀਂ ਕੜਾਈ ਕਰ ਲਈ ਯਾਰ? ਕਮਾਲ ਵਾਲੀ ਗੱਲ ਹੈ, ਉਹ ਬਕਾਇਦਾ ਜਿਹੜਾ ਨਾ ਉਹ ਇੱਕ ਰੈਸਪੀ ਬਣੀ ਹੋਈ ਸੀ, ਮਸਾਲੇ ਧਨੀਆ ਹਰੀਆਂ ਮਿਰਚਾਂ ਅਦਰਕ ਟਮਾਟਰ ਦਹੀਂ ਪੁਦੀਨਾ ਲਸਣ ਕੁੱਟ ਕੇ ਸਾਰਾ ਜਿਹੜਾ ਨਾ ਮਤਲਬ ਉਹਦੇ ਚ ਸਾਰੀ ਐ ਕਰਕੇ ਉਹਨੂੰ ਜੇਸੀ ਕਹਿੰਦੇ ਜੀ ਮਤੰਜਣ ਜਿਹਾ ਬਣਿਆ, ਮਤੰਜਣ ਜਿਹਾ ਖੂਬਸੂਰਤ ਮਤਲਬ ਜਿਵੇਂ ਹਾਂਡੀ ਦਾ ਅਸਲੀ ਮਸਾਲਾ ਹੁੰਦਾ ਅਸਲੀ। ਹਾਂਜੀ ਉਹ ਜਨਾਬ ਮੇਰੇ ਮੂੰਹ ਚ ਪਾਣੀ ਆ ਗਿਆ, ਮੈਂ ਕਿਹਾ ਯਾਰ ਬੜੂ ਦੀ ਮੈਂ ਨਾ ਐ। ਅੱਛਾ ਤੁਸੀਂ ਨਾ ਇਹ ਕਰੋ ਨਿਕਲਣ ਲੱਗੇ ਨਾ ਇੱਥੇ ਆਥਣ, ਮੇਰਾ ਤੁਹਾਨੂੰ ਮਸ਼ਵਰਾ ਹੈ ਤੁਸੀਂ ਨਾਲ ਕੋਈ ਛੋਟਾ ਡੋਂਗਾ ਕੋਈ ਪਾਰਟੀ ਨਾ ਕੋਈ ਲੈ ਲਿਆ ਕਰੋ, ਕਿਉਂਕਿ ਇਹ ਸਾਰਾ ਤਕਰੀਬਨ ਫੂਡ ਸਿਟੀ ਏਰੀਆ ਲੰਘ ਕੇ ਆਉਣਾ ਹੁੰਦਾ ਤੇ ਜਿੰਨਾ ਤੁਹਾਡੇ ਮੂੰਹ ਚ ਪਾਣੀ ਆ ਰਿਹਾ ਤੁਸੀਂ ਨਾ ਥੱਲੇ ਰੱਖ ਲਿਆ ਕਰੋ ਇੱਥੇ ਆਥਣ ਕੋਈ ਚੀਜ਼। ਅੱਛਾ ਆਉਣਾ ਤੇ ਮੈਂ ਠੇਠੇ ਲਾ ਲਾ, ਮੈਂ ਰਸਤੇ ਕਿਹੜੇ ਕਿਹੜੇ ਬਦਲ ਕੇ ਆਵਾਂ? ਨਹੀਂ ਆਉਣਾ ਤੇ ਮੈਂ ਇੱਧਰੋਂ ਹੀ ਹੈ, ਲੱਕੀ ਚੌਕ ਲਈ ਇੱਧਰੋਂ ਹੀ ਹੈ। ਅੱਛਾ ਜੀ, ਖੁਸ਼ਬੂਆਂ ਮੈਨੂੰ ਆਉਂਦੀਆਂ ਕਿਤੇ ਬੱਟ ਕੜਾਈ ਦੇ, ਕਿਤੇ ਮਾਸ਼ਾਅੱਲਾ ਵਾਲੇ ਦੇ, ਕਿਤੇ ਪੱਟੀ। ਖੁਸ਼ਬੂ ਤੇ ਤੁਹਾਨੂੰ ਮਾਸ਼ਾਅੱਲਾ 2.5 ਕਿਲੋਮੀਟਰ ਤੋਂ ਆ ਜਾਂਦੀ ਕਿ ਕਿਤੇ ਕੁਛ ਬਣ ਰਿਹਾ ਹੈ ਯਾਰ, ਏਡਾ ਤੇ ਮੈਂ ਸੌਂਦਾ ਨਹੀਂ ਹੈਗਾ। ਕਮਾਲ ਵਾਲੀ ਗੱਲ ਯਾਰ, ਤੁਸੀਂ ਕੈਸੀ ਗੱਲ ਕਰਨ ਦੇ ਬੇਬੀ ਸਾਹਿਬ। ਅੱਛਾ ਫਿਰ ਉਹਨਾਂ ਨੇ ਕੀ ਕੀਆ ਜੀ ਆਪਣਾ? ਫਿਰ ਉਹਨਾਂ ਨੇ ਕਿਹਾ ਭਾਜੀ ਤੁਸੀਂ ਖਾ ਲਓ, ਮੈਂ ਕਿਹਾ ਨਹੀਂ ਲੈਣ ਦਿਓ, ਲੈਣ ਦਿਓ ਲੈਣ ਦਿਓ, ਕਹਿੰਦਾ ਆ ਜਾਓ ਖਾ ਲਓ ਕੋਈ ਐਸੀ ਗੱਲ, ਮੈਂ ਕਿਹਾ ਨਹੀਂ ਲੈਣ ਦਿਓ। ਅੱਛਾ ਮੈਂ ਖਾ ਕੇ ਆਣਾ ਜੀ ਕੋਈ ਐਸੀ ਗੱਲ। ਫਿਰ ਜਨਾਬ ਤੀਸਰੀ ਵਾਰ ਜਦੋਂ ਮੈਨੂੰ ਕਿਹਾ ਨਾ ਤੇ ਮੈਂ ਕੜਾਈ ਦੇ ਚੱਪ ਪਿਆ, ਤੁਸੀਂ ਮੌਲਾ ਜੱਟ ਫਿਲਮ ਵੇਖੀ ਹੋਣੀ ਹੈ ਹੈਂਜੀ, ਮੁਸਤਫਾ ਕੁਰੈਸ਼ੀ ਔਰ ਰਾਈ ਸਾਹਿਬ ਦਾ ਉਹ ਟਾਕਰਾ ਨਹੀਂ ਹੋਣਾ ਜੋ ਇਹਨਾਂ ਦਾ ਕੜਾਈ ਨਾ ਹੁੰਦਾ ਫਾਈਨਲ। ਅੱਛਾ ਜੀ, ਔਰ ਯਕੀਨ ਕਰੋ ਕਿ ਉਹ ਕੜਾਈ ਉਹਨੇ ਥੋੜਾ ਜਿਹਾ ਮੇਰੇ ਵੱਲ ਕੀਤੀ ਹੈ, ਰੋਟੀਆਂ ਮਾੜੀ ਜਿਹੀ ਮੇਰੇ ਲੈ ਕਰਕੇ ਨਾ ਉਹਨਾਂ ਨੇ ਅੱਗੇ ਕੀਤੀਆਂ, ਰੋਟੀਆਂ ਤੁਹਾਡੇ ਕੋਲੋਂ ਐਂਦ ਕਰਕੇ ਹੋਈਆਂ ਹੋਣੀਆਂ ਕਿ ਲਓ ਜੀ ਆ ਗਿਆ ਕਹਿੰਦਾ। ਅੱਛਾ ਫਿਰ ਇਹ ਰੋਟੀਆਂ ਕੋਈ ਕੀ ਕਹਿੰਦੇ ਨੇ ਪੱਪੂ ਸਮਰਾਟ ਦੀਆਂ ਸ਼ਾਗਿਰਦ ਨਹੀਂ ਨਹੀਂ ਜ਼ਰਾ ਮੱਖੀ ਭਾਰ ਜੀ ਹੋਈਆਂ ਗਏ ਕਈ ਯਾਰ ਕਰਕੇ ਨਾ ਉਹਨੇ ਅੰਗੜਾਈ ਲਈ ਰੋਟੀਆਂ ਦੇ ਕੇ ਲੈ ਵੀ ਖਾਣ ਲਿਆ, ਅੰਗੜਾਈ ਨਹੀਂ ਲਈ ਉਹਨੇ, ਬਚਣ ਦੀ ਕੋਸ਼ਿਸ਼ ਕੀਤੀ ਪਹਿਲੇ ਕਿ ਹੱਥ ਦੂਰ। ਅੱਛਾ ਫਿਰ ਫਿਰ ਉਹੀ ਗੱਲ ਵੀ ਡਾਂਗ ਲੈ ਕੇ ਆਇਆ ਮੈਂ ਰੋਟੀਆਂ। ਅੱਛਾ ਫਿਰ ਫੜ ਲਈ ਉਹ ਜਨਾਬ, ਮੈਂ ਬੈਠਾ ਹਾਂ ਨਾ ਜਦੋਂ ਮੈਂ ਕੜਾਈ ਆਪਣੇ ਵੱਲ ਕਰ ਲਈ, ਨਾਲ ਮੈਂ ਸਲਾਦ ਰਾਇਤਾ ਆਪਣੇ ਵੱਲ ਕਰ ਲਿਆ, ਫਿਰ ਜਨਾਬ ਇੰਜ ਕਰਕੇ ਨਾ ਮੈਂ ਸਾਰਾ ਕੁਛ ਆਪਣੇ ਵੱਲ ਕਰ ਲਿਆ, ਬੋਤਲ ਵੀ ਥੋੜੀ ਜਿਹੀ ਉਰੇ ਕੀਤੀ, ਨਾਲ ਪਾਣੀ ਵਾਲਾ ਜੱਗ ਵੀ ਉਰੇ ਕੀਤਾ, ਤਰੇਲੀ ਵਾਲਾ ਪਾਣੀ ਸੀ ਮਜ਼ੇਦਾਰ, ਤੇ ਉਹ ਬੰਦਿਆਂ ਨੇ ਮੂੰਹ ਪਰੇ ਨਹੀਂ ਕੀਤਾ ਵੀ ਸਾਰਾ ਕੁਛ ਇਹ ਲੈ ਗਿਆ, ਕਿਤੇ ਇੱਧਰ ਦੇਖਣ ਕਦੀ ਇੱਧਰ ਦੇਖਣ ਕਦੀ ਵੇਟਰ ਵੱਲ ਕਦੀ ਬੇਲ ਵੱਲ ਕਦੀ ਇੱਕ ਦੂਸਰੇ ਵੱਲ ਦੇਖਣ, ਮੈਂ ਕਿਹਾ ਤੁਸੀਂ ਦੇਖੀ ਚਲੋ। ਮੈਂ ਜੀ ਦੋ ਰੋਟੀਆਂ ਫੜੀਆਂ, ਇੱਕ ਪਲੇਟ 'ਚ ਰੱਖੀ, ਇੱਕ ਰੋਟੀ ਮੈਂ ਹੱਥ 'ਚ ਫੜ ਲਈ, ਮੈਂ ਫਟਾਫਟ ਐਂ ਕਰਕੇ ਨਾ ਐਂ ਕਰਕੇ ਮੈਂ ਐਂ ਕਰਕੇ ਐਂ ਕਰਕੇ ਮੈਂ ਪੌਣੀ ਕੁ ਜਿਹੜੀ ਹੈ ਨਾ ਕੜਾਈ ਰੋਟੀ ਤਾਂ ਪਾ ਲਈ, ਪੌਣੀ ਕੁ ਨਹੀਂ ਤੇ ਪੱਤੇ ਕੋ ਅੱਜ ਮੈਂ ਤਾਂ ਤੁਸੀਂ ਕਿਹਾ ਮੈਂ ਰੋਟੀ ਫੜੀ ਤੀ ਐਂ ਕਰਕੇ ਨਾ, ਮੈਂ ਰੋਟੀ ਐਂ ਕਰਕੇ ਹੱਥ 'ਚ ਫੜੀ ਹੈ। ਅੱਛਾ ਹੱਥ 'ਚ ਫੜੀ, ਨਵਾਲੇ ਇਹੋ ਜਿਹੇ ਲਾਏ। ਅੱਛਾ ਮੈਨੂੰ ਲੱਗਾ ਜੀ ਰੋਟੀ ਤਾਂ ਪਾ ਲਿਆ ਸਾਲਨ, ਮੈਂ ਯਕੀਨ ਕਰਨਾ ਜੀ ਲੱਗਾ। ਅੱਛਾ ਮੈਂ ਵਿਹੜੇ 'ਚ ਬੈਠਾ, ਫਿਰ ਜਨਾਬ ਉਹ ਗੱਲ ਐਂ ਕਰਕੇ ਐ ਫੌਰੀ ਤੌਰ ਤੇ ਮੈਂ ਨਾ ਐਂ ਬੋਲ ਬੁਰਕੀ ਹੈ, ਹਾਏ ਮੈਂ ਕੋਈ ਦਸਾਂ 12 ਬੁਰਕੀਆਂ ਨਾਲ ਨਾ ਮੈਂ ਕੜਾਈ ਸਾਰੀ ਪੌਣੀ ਕੋ ਕੜਾਈ ਮੈਂ ਸਮੇਟ ਲਈ, ਦਸਾਂ 12 ਨਾਲ ਦੋ ਉਤੇ ਲਾਈਆਂ ਨਾਜ਼ਰੀਨ, ਵਰਨਾ ਇਹਨਾਂ ਦਾ ਦਸਾਂ ਦਾ ਹੀ ਰਿਕਾਰਡ ਹੈ, 10 ਬੁਰਕੀਆਂ ਦੀ ਕੜਾਈ ਝਟ ਕਰ ਜਾਂਦੇ। ਅੱਛਾ ਜੀ, ਕਮਾਲ ਵਾਲੀ ਗੱਲ ਹੈ, ਸਾਲਣ ਹੀ ਐਸਾ ਮਜ਼ੇਦਾਰ ਪੱਕਾ ਸੀ, ਐਸਾ ਮਟਨ ਸੀ, ਛੋਟਾ ਗੋਸ਼ਤ ਮੁਰਕੜੀ ਹੱਡੀ, ਹਾਏ ਉੱਤੇ ਪੈਸਾ ਕੋਈ ਨਹੀਂ ਲੱਗਾ, ਗੱਲ ਹੀ ਸਮਝ ਇਹ ਫਾਈਨਲ। ਅੱਛਾ ਜੀ, ਮੁਰਕੜੀ ਹੱਡੀ ਹੁਣ ਮੈਂ ਖਾ ਲਈ ਹੈ, ਮੇਰਾ ਖਿਆਲ ਹੁਣ ਮੈਂ ਗਲਿਆ ਗੋਸ਼ਤ ਮਜ਼ੇਦਾਰ ਖਾਣੇ, ਮਜ਼ੇਦਾਰ ਖਾਣੇ, ਕੀ ਬਾਤ ਕੀ ਬਾਤ, ਅਸੀਂ ਖਾਧੇ ਨੇ ਸਾਨੂੰ ਬੜਾ ਮਜ਼ਾ ਆਇਆ।
ਸਾਡੇ ਮਤਲਬ ਵੱਡੇ ਵੀ ਜਾਂਦੀ ਦੋਸਤ ਕਾਫੀ ਉੱਥੇ ਬਹਿ ਗਏ ਮਤਲਬ ਸਾਡੇ ਨਾਲ, ਉਹ ਇੰਝ ਕਰਕੇ ਮੈਂ ਖਾਧਾ ਆਇਆ ਜਿਹੜਾ ਸਾਰਾ, ਉਹ ਮੈਨੂੰ ਕਹਿੰਦਾ ਭਾਜੀ ਹੈਲੋ ਤੁਹਾਨੂੰ ਤੇ ਸਿਰਫ ਇੱਕ ਅੱਧੇ ਲਵਾ ਦੇ ਲਿਖਿਆ, ਤੁਸੀਂ ਤੇ ਸਾਰੀ ਪਾਉਣੀ ਕੜਾਹੀ ਜਿਹੜੀ ਸਮੇਟ ਗਏ। ਮੈਂ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਨੂੰ ਨਾ ਪੁੱਛੋ ਨਾਦਨੀ, ਇਹ ਮਿਰਜ਼ਾ ਸਾਹਿਬ ਦੇ ਛੋਟੇ ਛੋਟੇ ਚੁਟਕਲੇ ਇਹਨਾਂ ਨਾਲ ਅਕਸਰ ਹੁੰਦੇ ਨੇ ਔਰ ਇਹ ਬਕਾਇਦਾ ਕਰਦੇ ਨੇ। ਔਰ ਮੈਂ ਜਦੋਂ ਖਾ ਲਿਆ ਮੇਰੇ ਨਾਲ ਲੈ ਕੇ ਤਾਂ ਲੱਗ ਗਏ, ਉਹਨਾਂ ਦੋਨਾਂ ਨੇ ਮੇਰੇ ਨਾਲ ਦੇਖਿਆ, ਹਾਂਜੀ ਮੈਂ ਕਿਹਾ ਮੇਰਾ ਕੋ ਦੇਖਦੇ ਪਏ, ਉਹਨਾਂ ਨੂੰ ਪਤਾ ਸੀ ਵੀ ਪਾਉਣੀ ਕੜਾਈ ਇਹ ਖਾ ਗਿਆ, ਬਿੱਲ ਮੈਂ ਕਿਵੇਂ ਦੇਣਾ, ਬਿੱਲ ਮੈਂ ਕਿਵੇਂ ਦੇਣਾ, ਬਿੱਲ ਮੈਂ ਦੇਣਾ, ਕੜਾਈ ਪਾਉਣੀ ਇਹ ਖਾ ਗਿਆ, ਓਏ ਹੋਏ ਬਿੱਲ ਮੈਂ ਕਿਵੇਂ ਦੇਣਾ। ਮੈਂ ਜਨਾਬ ਹੋ ਰਹੀ ਬਿੱਲੇ ਬਿੱਲੇ ਦੇ ਸਾਹਮਣੇ ਆ ਗਿਆ, ਮੈਂ ਦੋਵਾਂ ਦੇ ਸਦਕੇ ਜਾਵਾਂ ਸੋਹਣੀਏ, ਕੜਾਈ ਮੁਬਾਰਕ, ਈਦ ਮੁਬਾਰਕ, ਸੋਹਣਿਓ ਖੈਰ ਮੁਬਾਰਕ, ਬਟ ਬਟ ਦੀ ਕੜਾਈ ਖਾ ਲਈਏ, ਬਟ ਬਟ ਦੀ ਕੜਾਈ ਖਾ ਲਈਏ, ਬਿੱਲ ਬਿੱਲ ਦੇਣਾ ਹੁਣ ਕਿਹਨੇ ਦੇਣਾ ਇਹ ਮੈਨੂੰ ਨੀ ਪਤਾ ਨਾ ਤੈਨੂੰ ਪਤਾ, ਉਹ ਬਿੱਲ ਵਾਲੇ ਮੇਰੇ ਆ ਲਾ ਗਏ ਸੀ ਦੇ, ਕਹਿੰਦੇ ਭਾਜੀ ਬਿੱਲ ਮੈਂ ਕੀ ਪਤਾ, ਬਿਲਕੁਲ ਅਸੀਂ ਤੇ ਬਿਜਲੀ ਦਾ ਬਿੱਲ ਨੀ ਅਜੇ ਤੱਕ ਵੇਖਿਆ, ਰੋਟੀ ਦਾ ਬਿੱਲ ਲਾ ਕੇ ਰੋਟੀ ਖਾਧੀ ਆ। ਸਾਡੇ ਸੀਨੀਅਰ ਨੇ, ਸਾਡੇ ਵੱਡੇ ਨੇ, ਸਰ ਮਹਿੰਗਾਈ ਇੰਨੀ ਆ, ਆਟਾ ਐਡਾ ਮਹਿੰਗਾ, ਚੀਜ਼ਾਂ ਇੰਨੀਆਂ ਮਹਿੰਗੀਆਂ, ਬਿੱਲ ਇੰਨਾ ਮਹਿੰਗਾ, ਹੈਨੀ ਤੇ ਮੈਂ ਰੋਟੀ ਹੋਟਲ ਤੋਂ ਮੈਂ ਕਹਿੰਦਾ ਕਿ ਖਾ ਸਕਦਾ, ਮੇਰੀ ਘਰ ਦੀ ਪੂਰੀ ਨਹੀਂ ਹੁੰਦੀ, ਤੇਰੇ ਹੋਟਲ ਤੋਂ ਖਾ ਕੇ ਜੀ ਮੈਂ ਸਾਡੀ ਮਤਲਬ ਪੂਰੀ ਕਰਨੀ ਯਾਰ, ਕਿੰਨੀ ਮਾੜੀ ਗੱਲ ਹੈ ਦੱਸ ਮੇਰੇ ਸਾਹਿਬ ਯਾਰ। ਚਲੋ ਬਹਰਹਾਲ ਉੱਥੇ ਦੋ ਬੰਦੇ ਖਾ ਰਹੇ ਸੀ, ਮੈਂ ਕਿਹਾ ਚਲੋ ਮੈਂ ਵੀ ਖਾ ਲਈ। ਲਓ ਜੀ ਇਹ ਕੱਲ ਲਓ ਜੀ ਮੈਂ ਜ਼ਰਾ ਇਹਨਾਂ ਨੂੰ ਬਾਹਰ ਲੈ ਜਾਵਾਂ ਜ਼ਰਾ, ਕਿਉਂਕਿ ਹਵਾ ਇਹਨਾਂ ਦੀ ਬਦਲੇਗੀ ਤੇ ਟਕਾਰ ਦੀ ਆਵਾਜ਼ ਵੀ ਬਦਲੇਗੀ। ਅੱਛਾ ਮੇਰੀ ਗੱਲ ਸੁਣੋ, ਸਾਰਾ ਕੁਝ ਤੇ ਖਾ ਲਿਆ ਜੀ, ਇੱਕ ਬੋਲ ਤੁਸੀਂ। ਅੱਛਾ ਤੁਸੀਂ ਇਹਨਾਂ ਕੁਝ ਖਾ ਲਿਆ ਨਾ ਮੇਰੇ ਦਾ, ਮੇਰੇ ਕਹਿਣ ਤੇ ਨਾ ਇੱਕ ਵਾਰੀ ਹੁਣ ਗੈਰਤ ਖਾ ਲਓ।